ਪੰਜਾਬ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਮਾਮਲੇ ਸੰਬੰਧੀ ਅਕਾਲੀ ਭਾਜਪਾ ਗੱਠਜੋੜ ਦੇ ਇੱਕ ਵਫਦ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਵਫਦ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਹੀ ਕਾਂਗਰਸ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਗਿਆ, ਪਰ ਕਾਂਗਰਸ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਉਹਨਾਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਲਈ ਸਰਕਾਰ ਨੂੰ ਡਿਸਮਿਸ ਕਰਨ ਦੀ ਮੰਗ ਵੀ ਕੀਤੀ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਆਨਰੇਬਲ ਗਵਰਨਰ ਸਾਹਿਬ ਨੂੰ ਤਿੰਨ ਅਹਿਮ ਮੁੱਦਿਆਂ 'ਤੇ ਮਿਲਣ ਵਾਸਤੇ ਗਈ ਸੀ ਅਤੇ ਪ੍ਰੈਜੈਂਟੇਸ਼ਨ ਦਿੱਤੀ ਹੈ। ਸਭ ਤੋਂ ਵੱਡਾ ਅਤੇ ਪਹਿਲ ਵਾਲਾ ਮੁੱਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨੀ ਅਤੇ ਖੇਤ ਮਜ਼ਦੂਰ ਦੇ ਪਿੱਠ 'ਤੇ ਛੁਰਾ ਮਾਰਿਆ। ਕੈਪਟਨ ਅਮਰਿੰਦਰ ਸਿੰਘ ਨੇ ਆਹ ਜਿਹੜੀ ਸਰਕਾਰ ਬਣਾਈ ਹੈ ਇੱਕ ਮੇਨ ਵਾਅਦੇ ਕਰਕੇ ਬਣੀ ਹੈ ਕਿ ਮੈਂ ਖੇਤ ਮਜ਼ਦੂਰ ਅਤੇ ਕਿਸਾਨਾਂ ਦਾ ਮੈਂ ਸਾਰਾ ਕਰਜ਼ਾ ਮਾਫ਼ ਕਰੂੰਗਾ। ਕੈਪਟਨ ਸਾਹਿਬ ਨੇ ਟੀ ਵੀ 'ਚ ਘਰ ਜਾ ਕੇ ਫੋਰਮ ਭਰਾ ਕੇ ਐਫੀਡੇਵਿਟ ਦਿੱਤਾ ਹੈ ਕਿ ਮੈਂ ਹਰ ਗਰੀਬ ਦਾ ਅਤੇ ਕਿਸਾਨ ਦਾ, ਮੈਂ ਦਲਿਤ ਪਰਿਵਾਰਾਂ ਦਾ, ਮੈਂ ਬੈਂਕ ਦਾ, ਪ੍ਰਾਈਵੇਟ ਬੈਂਕ, ਸਰਕਾਰੀ ਬੈਂਕ, ਆੜ੍ਹਤੀਆਂ ਦਾ ਅਤੇ ਕੋਆਪਰੇਟਿਵ ਬੈਂਕ ਦਾ ਕਰਜ਼ਾ ਸਾਰਾ ਮਾਫ਼ ਕਰੂੰਗਾ। ਤਕਰੀਬਨ 90,000 ਕਰੋੜ ਰੁਪਇਆ ਬਣਦਾ, ਪਰ ਜਦੋਂ ਸਰਕਾਰ ਬਣਾਈ ਮੁੱਕਰ ਗਏ। ਜਿਸ ਵਾਅਦੇ ਕਰਨ ਤੁਸੀਂ ਮੁੱਕਰ ਗਏ ਹੋ ਤਾਂ ਤੁਸੀਂ ਜੇ ਮੁੱਕਰੋਗੇ ਤਾਂ ਜਾਂ ਤਾਂ ਪੂਰਾ ਕਰੋ, ਨਹੀਂ ਤਾਂ ਇਹਨਾਂ 'ਤੇ ਮੈਂ ਅਸੀਂ ਗਵਰਨਰ ਸਾਹਿਬ ਨੂੰ ਕਹੋ ਐਕਸ਼ਨ ਲਓ।